ਸਤਿ ਸ਼੍ਰੀ ਅਕਾਲ ਜੀ ਦੋਸਤੋ। ਬਰਸਾਤ ਦਾ ਮੌਸਮ ਜਿਹੜਾ ਸ਼ੁਰੂ ਹੋਣ ਵਾਲਾ ਹੈ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਾਡੀ ਹਰ ਵਾਰ ਜਿਹੜੀ ਪਲਾਨਿੰਗ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਦਰੱਖਤ ਲਗਾਉਣ ਦੇ ਲਈ ਅਤੇ ਦਰੱਖਤ ਲਗਾਉਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਨੂੰ ਸਟੋਰ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਸੁਧਾਰਨ ਦੇ ਲਈ ਉਪਰਾਲੇ ਕਰਨ ਦੀ ਪਲਾਨਿੰਗ ਵੀ ਬਰਸਾਤ ਦੇ ਮੌਸਮ ਤੋਂ ਪਹਿਲਾਂ ਕਰਨੀ ਜ਼ਰੂਰੀ ਹੈ। ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਰੇਨ ਵਾਟਰ ਹਾਰਵੈਸਟਿੰਗ ਦੇ ਲਈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰੀਏ ਬਰਸਾਤ ਦੇ ਪਾਣੀ ਦੇ ਨਾਲ। ਖਾਸ ਤੌਰ 'ਤੇ ਮੇਰੀ ਬੇਨਤੀ ਹੈ ਉਹਨਾਂ ਸੰਸਥਾਵਾਂ ਨੂੰ ਜਿਨ੍ਹਾਂ ਕੋਲ ਸੰਸਾਧਨ ਹੈਗੇ ਨੇ, ਜਿਨ੍ਹਾਂ ਕੋਲ ਫੰਡ ਹੈਗੇ ਨੇ, ਜਿਹਦੇ ਵਿੱਚ ਚਾਹੇ ਮੈਰਿਜ ਪੈਲਿਸ ਆ ਗਏ, ਚਾਹੇ ਹੋਟਲ ਆ ਗਏ, ਚਾਹੇ ਗੈਰ ਸਰਕਾਰੀ ਸਕੂਲ ਆ ਗਏ, ਚਾਹੇ ਇੱਦਾਂ ਦੇ ਹੋਰ ਜਿੰਨੇ ਵੀ ਅਦਾਰੇ ਆ ਜਿਨ੍ਹਾਂ ਦੇ ਕੋਲ ਕੋਈ ਫੰਡਾਂ ਦੀ ਘਾਟ ਜਿਹੜੀ ਇਹਨਾਂ ਕੰਮਾਂ ਲਈ ਨਹੀਂ ਹੈ, ਜਿੰਨੇ ਕੁ ਫੰਡ ਦੀ ਲੋੜ ਇਹਨਾਂ ਕੰਮਾਂ ਦੇ ਲਈ ਹੈ ਰੇਨ ਵਾਟਰ ਹਾਰਵੈਸਟਿੰਗ ਦੇ ਲਈ, ਜਿਹੜੇ ਇਹਦੇ ਲਈ ਖਰਚ ਕਰ ਸਕਦੇ ਨੇ, ਉਹਦੇ 'ਚ ਪ੍ਰਾਈਵੇਟ ਹੋਸਪਿਟਲ ਵੀ ਇਹਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਬਰਸਾਤ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਹ ਆਪਣੀਆਂ ਸੰਸਥਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੇ ਜੋ ਸਿਸਟਮ ਨੇ ਉਹ ਜੇ ਲਗਵਾ ਲੈਣ ਤਾਂ ਇਹ ਵੀ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ। ਜਿਵੇਂ ਕਿ ਅਸੀਂ ਗਰਮੀਆਂ ਦੇ ਵਿੱਚ ਛਬੀਲ ਲਾਉਂਦੇ ਹਾਂ ਅਤੇ ਇਹ ਵੀ ਉਸੇ ਦਿਸ਼ਾ ਦੇ ਵਿੱਚ ਇੱਕ ਬਹੁਤ ਵੱਡਾ ਭਲਾਈ ਦਾ ਕੰਮ ਹੋਏਗਾ, ਕਿਉਂਕਿ ਅੱਜ ਜਿਹੜਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਤਾਂ ਉਹ ਸਭ ਨੂੰ ਪਤਾ ਕਿ ਕਿੰਨੀ ਵੱਡੀ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੀ ਇਹ ਬਣ ਰਹੀ ਹੈ। ਪਰ ਜਿਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਣੇ ਬਣਦੇ ਆ ਪਾਣੀ ਨੂੰ ਬਚਾਉਣ ਦੇ ਲਈ ਉਹ ਨਹੀਂ ਕੀਤੇ ਜਾ ਰਹੇ। ਥਿਓਰੈਟੀਕਲੀ ਅਸੀਂ ਵੀਡੀਓਜ਼ ਦੇ ਵਿੱਚ, ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਜਾਂ ਹੋਰ ਪਲੇਟਫਾਰਮ 'ਤੇ ਆਪਾਂ ਸਾਰੇ ਗੱਲ ਜ਼ਰੂਰ ਕਰਦੇ ਹਾਂ, ਪਰ ਇਸ ਗੱਲ ਨੂੰ ਅਮਲੀ ਜਾਮਾ ਜਿਹੜਾ ਪ੍ਰੈਕਟੀਕਲੀ ਅਸੀਂ ਉਹ ਹਲੇ ਕਰਨਾ ਸ਼ੁਰੂ ਨਹੀਂ ਕੀਤਾ, ਜਦਕਿ ਬਹੁਤ ਜ਼ਿਆਦਾ ਬਜਟ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ। ਮੈਨੂੰ ਲੱਗਦਾ ਕਿ ਜਿਹੜਾ 500 ਸਕੇਅਰ ਮੀਟਰ ਦਾ ਜਿਹੜਾ ਕੋਈ ਘਰ ਹੈ ਜਾਂ ਜਿਹਦੀ ਕੋਈ ਬਿਲਡਿੰਗ ਹੈ, ਜੇਕਰ ਉਹਨੇ ਰੇਨ ਵਾਟਰ ਹਾਰਵੈਸਟਿੰਗ ਕਰਨੀ ਹੋਵੇ, ਆਪਣਾ ਜੋ ਬਰਸਾਤ ਵਾਲਾ ਪਾਣੀ ਹੈ ਉਹਨੂੰ ਧਰਤੀ ਦੇ ਵਿੱਚ ਪਾਉਣਾ ਹੋਵੇ ਸਾਇੰਟੀਫਿਕ ਤਰੀਕੇ ਦੇ ਨਾਲ, ਤਾਂ ਮਹਿਜ 50,000 ਦਾ ਜਿਹੜਾ ਖਰਚਾ ਹੈ ਉਹ ਆਏਗਾ। ਸੋ ਇਸ ਕਰਕੇ ਇਹਨਾਂ ਬਰਸਾਤਾਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੀਆਂ ਵੱਡੀਆਂ ਕੋਠੀਆਂ ਨੇ, ਜਿਹਦੀ 500 ਗਜ਼ ਦੀ ਕੋਠੀ ਹੈ ਜਾਂ 400 ਗਜ਼ ਦੀ ਕੋਠੀ ਹੈ, ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ, ਜਿਨ੍ਹਾਂ ਦੇ ਹੋਸਪਿਟਲ ਨੇ, ਜਿਨ੍ਹਾਂ ਦੇ ਖਾਸ ਮੈਂ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਅਤੇ ਮੈਰਿਜ ਪੈਲਸ ਵਾਲਿਆਂ ਨੂੰ ਵੀ ਬੇਨਤੀ ਕਰਦਾ, ਹੋਟਲ ਵਾਲਿਆਂ ਨੂੰ ਵੀ ਬੇਨਤੀ ਕਰਦਾ ਅਤੇ ਹੋਰ ਇੱਦਾਂ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੇ ਫੰਡ ਖਰਚ ਕਰ ਸਕਦੇ ਨੇ, ਜਿਨ੍ਹਾਂ ਕੋਲ 20,000, 30,000, 50,000 ਜਾਂ 1,00,000 ਰੁਪਏ ਤੱਕ ਉਹ ਫੰਡ ਖਰਚ ਕਰ ਸਕਦੇ ਆ ਧਰਤੀ ਹੇਠਲੇ ਪਾਣੀ ਨੂੰ ਸਾਂਭਣ ਦੇ ਲਈ, ਜੋ ਬਰਸਾਤ ਦਾ ਪਾਣੀ ਹੈ ਉਹਦੇ ਨਾਲ ਪਾਣੀ ਦਾ ਪੱਧਰ ਮੇਨਟੇਨ ਕਰਨ ਦੇ ਲਈ। ਸੋ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ। ਸਭ ਨੂੰ ਮੈਂ ਵਾਰ ਵਾਰ ਅਪੀਲ ਕਰਦਾ, ਬੇਨਤੀ ਕਰਦਾ ਕਿ ਆਹ ਜਿਹੜਾ 10 ਦਿਨ ਦਾ ਸਮਾਂ ਬਚਿਆ ਇਹਦੇ ਵਿੱਚ ਅਸੀਂ ਇਹ ਕਰ ਸਕਦੇ ਹਾਂ। ਵੈਸੇ ਤਾਂ ਕਾਨੂੰਨ ਦੇ ਮੁਤਾਬਕ ਵੀ ਸਾਡਾ ਕਰਨਾ ਬਣਦਾ, ਜਦੋਂ ਇਹ ਕਮਰਸ਼ੀਅਲ ਬਿਲਡਿੰਗਾਂ ਪਾਸ ਹੁੰਦੀਆਂ ਨੇ ਪਲਾਨਿੰਗ ਜਿਹੜਾ ਡਿਸਟ੍ਰਿਕਟ ਟਾਊਨ ਪਲਾਨਰ ਦੇ ਕੋਲੋਂ, ਉੱਥੇ ਵੀ ਅੰਡਰਟੇਕਿੰਗ ਲਈ ਜਾਂਦੀ ਹੈ ਕਿ ਅਸੀਂ ਰੇਨ ਵਾਟਰ ਹਾਰਵੈਸਟਿੰਗ ਜੋ ਹੈ ਉਹ ਕਰਾਂਗੇ। ਪਰ ਹਰ ਚੀਜ਼ ਜਿਹੜੀ ਕਾਨੂੰਨ ਨਾਲ ਨਹੀਂ ਹੋ ਸਕਦੀ, ਸੋ ਕਾਨੂੰਨ ਤੋਂ ਉੱਪਰ ਉੱਠ ਕੇ ਮੈਂ ਤੁਹਾਨੂੰ ਸਭ ਨੂੰ ਇੱਕ ਨੈਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਬੇਨਤੀ ਕਰਦਾ ਕਿ ਕੋਈ ਬਹੁਤ
ਵੱਡਾ ਟਾਸਕ ਨਹੀਂ ਹੈ, ਜੇਕਰ ਆਪਾਂ ਕਰਨਾ ਚਾਹੀਏ ਤਾਂ ਸਾਰੇ ਕਰ ਸਕਦੇ ਹਾਂ, ਔਰ ਅੱਜ ਦੇ ਸਮੇਂ ਸਾਡੀ ਸਭ ਦੀ ਜ਼ਿੰਮੇਦਾਰੀ ਬਣਦੀ ਹੈ ਕਰਨਾ। ਸੋ ਚਾਹੇ ਵੱਡੀਆਂ ਕੋਠੀਆਂ ਵਾਲੇ ਨੇ 400 ਗਜ਼ 500 ਗਜ਼, ਚਾਹੇ ਸਕੂਲਾਂ ਵਾਲੇ ਨੇ, ਚਾਹੇ ਹੋਸਪਿਟਲ ਦੇ ਮਾਲਕ ਨੇ, ਚਾਹੇ ਮੈਰਿਜ ਪੈਲਸਿਸ ਦੇ ਮਾਲਕ ਨੇ, ਚਾਹੇ ਹੋਟਲਾਂ ਦੇ ਮਾਲਕ ਨੇ, ਜਾਂ ਇੱਦਾਂ ਦੀਆਂ ਹੋਰ ਜਿੰਨੀਆਂ ਵੀ ਸੰਸਥਾਵਾਂ, ਉਹ ਸਭ ਦੇ ਮਾਲਕ ਜਿਹੜਾ ਆ ਜਿਹੜਾ ਆਉਣ ਵਾਲਾ ਇੱਕ ਹਫ਼ਤਾ ਹੈ ਜਾਂ 10 ਦਿਨ ਹੈ, ਇਹਦੇ ਵਿੱਚ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਦੀ ਸਿਸਟਮ ਜ਼ਰੂਰ ਲਗਵਾਉਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਸਰਕਾਰੀ ਸੰਸਥਾਵਾਂ ਦੇ ਵਿੱਚ ਵੀ ਵੱਧ ਤੋਂ ਵੱਧ ਰੇਨ ਵਾਟਰ ਹਾਰਵੈਸਟਿੰਗ ਦੇ ਸਿਸਟਮ ਜੋ ਹੈ ਉਹ ਲਗਾਈਏ, ਅਤੇ ਇਹ ਲਗਾਉਣ ਦੇ ਲਈ ਜੇਕਰ ਕਿਸੇ ਵੀ ਗੈਰ ਸਰਕਾਰੀ ਸੰਸਥਾ ਨੂੰ ਵੀ, ਕਾਲਜ ਨੂੰ, ਸਕੂਲ ਨੂੰ, ਹੋਸਪਿਟਲ ਨੂੰ, ਹੋਟਲ ਨੂੰ, ਪੈਲਿਸ ਨੂੰ, ਜੇ ਕੋਈ ਟੈਕਨੀਕਲ ਮਦਦ ਦੀ ਲੋੜ ਹੈ ਤਾਂ ਜਿਹੜਾ ਸਾਡਾ ਸੰਬੰਧਿਤ ਡਿਪਾਰਟਮੈਂਟ ਹੈ ਤੁਸੀਂ ਸਾਨੂੰ ਹੁਕਮ ਕਰਿਓ, ਉਹ ਤੁਹਾਨੂੰ ਟੈਕਨੀਕਲ ਮਦਦ ਦੇਣ ਦੇ ਲਈ, ਪ੍ਰੋਜੈਕਟ ਬਣਾਉਣ ਦੇ ਲਈ, ਸਹੀ ਤਰੀਕੇ ਨਾਲ ਉਹਨੂੰ ਸਿਰੇ ਚੜ੍ਹਾਉਣ ਦੇ ਲਈ ਸੰਬੰਧਿਤ ਜੋ ਡਿਪਾਰਟਮੈਂਟ ਨੇ ਉਹ ਤੁਹਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰਨਗੇ। ਜਿੰਨਾ ਗੰਭੀਰ ਇਹ ਵਿਸ਼ਾ ਹੈ ਉਨੀ ਗੰਭੀਰਤਾ ਦੇ ਨਾਲ ਇਹਨੂੰ ਲੈਣ ਦੀ ਲੋੜ ਹੈ, ਭਾਵੇਂ ਕਿ ਅਸੀਂ ਗੰਭੀਰਤਾ ਦੇ ਨਾਲ ਗੱਲ ਕਰਦੇ ਹਾਂ ਪਰ ਹਾਲੇ ਗੰਭੀਰਤਾ ਦੇ ਨਾਲ ਅਸੀਂ ਲਾਗੂ ਨਹੀਂ ਕਰਦੇ। ਸੋ ਆਓ ਅਸੀਂ ਗੰਭੀਰਤਾ ਦੇ ਨਾਲ ਇਸ ਚੀਜ਼ ਨੂੰ ਲਾਗੂ ਕਰੀਏ, ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਵੱਧ ਤੋਂ ਵੱਧ ਜੋ ਜਿਹੜਾ ਬਰਸਾਤੀ ਪਾਣੀ ਹੈ ਉਹਨੂੰ ਸਟੋਰ ਕਰਕੇ ਇਸ ਕੰਮ ਦੇ ਲਈ ਆਪਾਂ ਵਰਤੀਏ। ਤੁਹਾਡਾ ਜੇਕਰ ਇਹਨਾਂ ਸੰਸਥਾਵਾਂ ਦੇ ਵਿੱਚ ਇਹ ਪ੍ਰੋਜੈਕਟ ਲਾਗੂ ਹੋਣਗੇ ਤਾਂ ਸਕੂਲਾਂ ਦੇ ਵਿੱਚ ਦੇਖ ਕੇ ਬੱਚੇ ਵੀ ਅੱਗੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਇਸ ਪ੍ਰੋਜੈਕਟ ਨੂੰ ਆਪਣੇ ਘਰਾਂ ਦੇ ਵਿੱਚ ਕਰੇਗੀ। ਇਸੇ ਤਰ੍ਹਾਂ ਜੇ ਡਾਕਟਰ ਇੱਕ ਐਗਜ਼ਾਮਪਲ ਸੈਟਲ ਕਰਨਗੇ ਹੋਸਪਿਟਲਾਂ ਦੇ ਵਿੱਚ ਜਾਂ ਮੈਰਿਜ ਪੈਲਸ ਦੇ ਵਿੱਚ, ਹੋਟਲ ਓਨਰ ਇੱਕ ਐਗਜ਼ਾਮਪਲ ਸੈੱਟ ਕਰਨਗੇ ਤਾਂ ਤੁਹਾਨੂੰ ਸਭ ਨੂੰ ਦੇਖ ਕੇ ਹੋਰ ਜਿਹੜੇ ਬਹੁਤ ਸਾਰੇ ਸਮਾਜ ਦੇ ਲੋਕ ਹੈ ਉਹ ਇਸ ਪਾਸੇ ਵੱਲ ਲੱਗਣਗੇ। ਮੈਂ ਉਮੀਦ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੇ ਅਦਾਰਿਆਂ ਦੇ ਵਿੱਚ ਇਹ ਪ੍ਰੋਜੈਕਟ ਜਿਹੜੇ ਬਣਾਓਗੇ, ਅਤੇ ਨਾਲ ਹੀ ਜਿਹੜੇ ਵੀ ਅਦਾਰੇ ਇਹ ਪ੍ਰੋਜੈਕਟ ਆਪਣੇ ਰੇਨ ਵਾਟਰ ਹਾਰਵੈਸਟਿੰਗ ਦੇ ਪ੍ਰੋਜੈਕਟ ਆਪਣੇ ਆਪਣੇ ਅਦਾਰਿਆਂ ਦੇ ਵਿੱਚ ਬਣਾਉਣਗੇ, ਉਹਨਾਂ ਨੂੰ ਮੈਨੂੰ ਲੱਗਦਾ ਵੀ ਅਸੀਂ ਇਕੱਠੇ ਹੋ ਕੇ ਇਸ ਨੇਕ ਕੰਮ ਦੇ ਲਈ ਉਹਨਾਂ ਦਾ ਮਾਣ ਸਨਮਾਨ ਵੀ ਕਰਾਂਗੇ, ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ। ਐਡੀ ਵੱਡੀ ਇਸ ਚੀਜ਼ ਦੀ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ, ਉਹਨਾਂ ਦਾ ਸਨਮਾਨ ਵੀ ਜ਼ਰੂਰ ਕੀਤਾ ਜਾਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।